ਸਤਿ ਸ਼੍ਰੀ ਅਕਾਲ ਜੀ ਅੱਜ ਦੀ ਬਾਈ ਦੀ ਬੇਲ 'ਤੇ ਪਾਰਟਲੀ ਆਰਗੂ ਹੋਇਆ ਅੱਜ ਕੇਸ ਪੈਂਡਿੰਗ ਸੀਗਾ ਬੇਲ ਐਪਲੀਕੇਸ਼ਨ ਅਤੇ ਹੁਣ ਫਰਦਰ ਉਹਦੇ ਵਿੱਚ ਡੇਟ ਪੈ ਗਈ ਹੈ ਜੀ ਮੰਡੇ ਦੀ 12 ਤਰੀਕ 12 ਤਰੀਕ ਨੂੰ ਪਾਰਲੀ ਜਿਹੜਾ ਐਪਲੀਕੇਸ਼ਨ ਦਾ ਅੱਜ ਬੇਲ ਐਪਲੀਕੇਸ਼ਨ ਦਾ ਪੁਲਿਸ ਨੇ ਰਿਪਲਾਈ ਫਾਈਲ ਕੀਤਾ ਰਿਪਲਾਈ ਦਾ ਅਸੀਂ 12 ਤਰੀਕ ਨੂੰ ਸਾਡੇ ਡਿਫੈਂਸ ਕਾਊਂਸਲ ਉਹਨੂੰ ਰਿਬਟ ਕਰਨਗੇ ਰਿਬਟ ਅਲੋਂਗ ਵਿਦ ਅਸੀਂ ਉਹਦੇ ਵਿੱਚ ਇੱਕ ਫਾਈਲ ਕਰਨੀ ਆ ਜਿਹੜੀ ਕਿ ਅਸੀਂ ਵੀਡੀਓ ਪਲੇਸ ਔਨ ਰਿਕਾਰਡ ਕੀਤੀਆਂ ਸੀ ਅੱਜ ਤਾਂ ਕੋਰਟ ਨੇ ਸਾਨੂੰ ਇਹ ਫਰਦਰ ਡਾਇਰੈਕਸ਼ਨਸ ਦਿੱਤੀਆਂ ਕਿ ਜੋ ਵੀਡੀਓਜ਼ ਅੱਜ ਪਲੇਸ ਔਨ ਰਿਕਾਰਡ ਕੀਤੀਆਂ ਉਹਨਾਂ ਦੀ ਟਰਾਂਸਲੇਸ਼ਨ ਕਰਕੇ ਵੀ ਅਲੋਂਗ ਵਿਦ ਫੋਟੋਗ੍ਰਾਫਸ ਫਾਈਲ 'ਤੇ ਪਲੇਸ ਔਨ ਰਿਕਾਰਡ ਕੀਤੀਆਂ ਜਾਣ ਅਤੇ ਇਸ ਲਈ ਸਾਨੂੰ ਫਰਦਰ 12 ਤਰੀਕ ਮਿਲੀ ਆ ਟੂ ਰਿਬਟ ਦਾ ਰਿਪਲਾਈ ਫਾਈਲਡ ਬਾਏ ਦਾ ਪੁਲਿਸ ਅਤੇ ਅੱਜ ਸੈਕਿੰਡ ਇੱਕ ਹੋਰ ਵੀ ਪੁਲਿਸ ਨੇ ਐਪਲੀਕੇਸ਼ਨ ਮੂਵ ਕੀਤੀ ਸੀ ਫੋਰ ਟੇਕਿੰਗ ਦਾ ਵੋਇਸ ਸੈਂਪਲ ਆਫ ਦੀ ਬਾਈ ਉਹਦੇ ਲਈ ਫਰਦਰ ਕੋਰਟ ਨੇ 13 ਤਰੀਕ ਡੇਟ ਅੱਗੇ ਐਕਸਟੈਂਡ ਕੀਤੀ ਆ ਉਹਦਾ ਰਿਪਲਾਈ ਸਾਡੇ ਡਿਫੈਂਸ ਕਾਊਂਸਲ ਉਸ ਦਿਨ 13 ਤਰੀਕ ਨੂੰ ਫਾਈਲ ਕਰਨਗੇ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਬਾਈ ਦੀ ਬੇਲ 'ਤੇ ਪਾਰਟਲੀ ਆਰਗੂ ਹੋਇਆ ਅੱਜ ਕੇਸ ਪੈਂਡਿੰਗ ਸੀਗਾ ਬੇਲ ਐਪਲੀਕੇਸ਼ਨ ਅਤੇ ਹੁਣ ਫਰਦਰ ਉਹਦੇ ਵਿੱਚ ਡੇਟ ਪੈ ਗਈ ਹੈ ਜੀ ਮੰਡੇ ਦੀ 12 ਤਰੀਕ 12 ਤਰੀਕ ਨੂੰ ਪਾਰਲੀ ਜਿਹੜਾ ਐਪਲੀਕੇਸ਼ਨ ਦਾ ਅੱਜ ਬੇਲ ਐਪਲੀਕੇਸ਼ਨ ਦਾ ਪੁਲਿਸ ਨੇ ਰਿਪਲਾਈ ਫਾਈਲ ਕੀਤਾ ਰਿਪਲਾਈ ਦਾ ਅਸੀਂ 12 ਤਰੀਕ ਨੂੰ ਸਾਡੇ ਡਿਫੈਂਸ ਕਾਊਂਸਲ ਉਹਨੂੰ ਰਿਬਟ ਕਰਨਗੇ ਰਿਬਟ ਅਲੋਂਗ ਵਿਦ ਅਸੀਂ ਉਹਦੇ ਵਿੱਚ ਇੱਕ ਫਾਈਲ ਕਰਨੀ ਆ ਜਿਹੜੀ ਕਿ ਅਸੀਂ ਵੀਡੀਓ ਪਲੇਸ ਔਨ ਰਿਕਾਰਡ ਕੀਤੀਆਂ ਸੀ ਅੱਜ ਤਾਂ ਕੋਰਟ ਨੇ ਸਾਨੂੰ ਇਹ ਫਰਦਰ ਡਾਇਰੈਕਸ਼ਨਸ ਦਿੱਤੀਆਂ ਕਿ ਜੋ ਵੀਡੀਓਜ਼ ਅੱਜ ਪਲੇਸ ਔਨ ਰਿਕਾਰਡ ਕੀਤੀਆਂ ਉਹਨਾਂ ਦੀ ਟਰਾਂਸਲੇਸ਼ਨ ਕਰਕੇ ਵੀ ਅਲੋਂਗ ਵਿਦ ਫੋਟੋਗ੍ਰਾਫਸ ਫਾਈਲ 'ਤੇ ਪਲੇਸ ਔਨ ਰਿਕਾਰਡ ਕੀਤੀਆਂ ਜਾਣ ਅਤੇ ਇਸ ਲਈ ਸਾਨੂੰ ਫਰਦਰ 12 ਤਰੀਕ ਮਿਲੀ ਆ ਟੂ ਰਿਬਟ ਦਾ ਰਿਪਲਾਈ ਫਾਈਲਡ ਬਾਏ ਦਾ ਪੁਲਿਸ ਅਤੇ ਅੱਜ ਸੈਕਿੰਡ ਇੱਕ ਹੋਰ ਵੀ ਪੁਲਿਸ ਨੇ ਐਪਲੀਕੇਸ਼ਨ ਮੂਵ ਕੀਤੀ ਸੀ ਫੋਰ ਟੇਕਿੰਗ ਦਾ ਵੋਇਸ ਸੈਂਪਲ ਆਫ ਦੀ ਬਾਈ ਉਹਦੇ ਲਈ ਫਰਦਰ ਕੋਰਟ ਨੇ 13 ਤਰੀਕ ਡੇਟ ਅੱਗੇ ਐਕਸਟੈਂਡ ਕੀਤੀ ਆ ਉਹਦਾ ਰਿਪਲਾਈ ਸਾਡੇ ਡਿਫੈਂਸ ਕਾਊਂਸਲ ਉਸ ਦਿਨ 13 ਤਰੀਕ ਨੂੰ ਫਾਈਲ ਕਰਨਗੇ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਬਾਈ ਦੀ ਬੇਲ 'ਤੇ ਪਾਰਟਲੀ ਆਰਗੂ ਹੋਇਆ ਅੱਜ ਕੇਸ ਪੈਂਡਿੰਗ ਸੀਗਾ ਬੇਲ ਐਪਲੀਕੇਸ਼ਨ ਅਤੇ ਹੁਣ ਫਰਦਰ ਉਹਦੇ ਵਿੱਚ ਡੇਟ ਪੈ ਗਈ ਹੈ ਜੀ ਮੰਡੇ ਦੀ 12 ਤਰੀਕ 12 ਤਰੀਕ ਨੂੰ ਪਾਰਲੀ ਜਿਹੜਾ ਐਪਲੀਕੇਸ਼ਨ ਦਾ ਅੱਜ ਬੇਲ ਐਪਲੀਕੇਸ਼ਨ ਦਾ ਪੁਲਿਸ ਨੇ ਰਿਪਲਾਈ ਫਾਈਲ ਕੀਤਾ ਰਿਪਲਾਈ ਦਾ ਅਸੀਂ 12 ਤਰੀਕ ਨੂੰ ਸਾਡੇ ਡਿਫੈਂਸ ਕਾਊਂਸਲ ਉਹਨੂੰ ਰਿਬਟ ਕਰਨਗੇ ਰਿਬਟ ਅਲੋਂਗ ਵਿਦ ਅਸੀਂ ਉਹਦੇ ਵਿੱਚ ਇੱਕ ਫਾਈਲ ਕਰਨੀ ਆ ਜਿਹੜੀ ਕਿ ਅਸੀਂ ਵੀਡੀਓ ਪਲੇਸ ਔਨ ਰਿਕਾਰਡ ਕੀਤੀਆਂ ਸੀ ਅੱਜ ਤਾਂ ਕੋਰਟ ਨੇ ਸਾਨੂੰ ਇਹ ਫਰਦਰ ਡਾਇਰੈਕਸ਼ਨਸ ਦਿੱਤੀਆਂ ਕਿ ਜੋ ਵੀਡੀਓਜ਼ ਅੱਜ ਪਲੇਸ ਔਨ ਰਿਕਾਰਡ ਕੀਤੀਆਂ ਉਹਨਾਂ ਦੀ ਟਰਾਂਸਲੇਸ਼ਨ ਕਰਕੇ ਵੀ ਅਲੋਂਗ ਵਿਦ ਫੋਟੋਗ੍ਰਾਫਸ ਫਾਈਲ 'ਤੇ ਪਲੇਸ ਔਨ ਰਿਕਾਰਡ ਕੀਤੀਆਂ ਜਾਣ ਅਤੇ ਇਸ ਲਈ ਸਾਨੂੰ ਫਰਦਰ 12 ਤਰੀਕ ਮਿਲੀ ਆ ਟੂ ਰਿਬਟ ਦਾ ਰਿਪਲਾਈ ਫਾਈਲਡ ਬਾਏ ਦਾ ਪੁਲਿਸ ਅਤੇ ਅੱਜ ਸੈਕਿੰਡ ਇੱਕ ਹੋਰ ਵੀ ਪੁਲਿਸ ਨੇ ਐਪਲੀਕੇਸ਼ਨ ਮੂਵ ਕੀਤੀ ਸੀ ਫੋਰ ਟੇਕਿੰਗ ਦਾ ਵੋਇਸ ਸੈਂਪਲ ਆਫ ਦੀ ਬਾਈ ਉਹਦੇ ਲਈ ਫਰਦਰ ਕੋਰਟ ਨੇ 13 ਤਰੀਕ ਡੇਟ ਅੱਗੇ ਐਕਸਟੈਂਡ ਕੀਤੀ ਆ ਉਹਦਾ ਰਿਪਲਾਈ ਸਾਡੇ ਡਿਫੈਂਸ ਕਾਊਂਸਲ ਉਸ ਦਿਨ 13 ਤਰੀਕ ਨੂੰ ਫਾਈਲ ਕਰਨਗੇ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਅੱਜ ਬਾਈ ਦੀ ਬੇਲ 'ਤੇ ਪਾਰਟਲੀ ਆਰਗੂ ਹੋਇਆ ਅੱਜ ਕੇਸ ਪੈਂਡਿੰਗ ਸੀਗਾ ਬੇਲ ਐਪਲੀਕੇਸ਼ਨ ਅਤੇ ਹੁਣ ਫਰਦਰ ਉਹਦੇ ਵਿੱਚ ਡੇਟ ਪੈ ਗਈ ਹੈ ਜੀ ਮੰਡੇ ਦੀ 12 ਤਰੀਕ 12 ਤਰੀਕ ਨੂੰ ਪਾਰਲੀ ਜਿਹੜਾ ਐਪਲੀਕੇਸ਼ਨ ਦਾ ਅੱਜ ਬੇਲ ਐਪਲੀਕੇਸ਼ਨ ਦਾ ਪੁਲਿਸ ਨੇ ਰਿਪਲਾਈ ਫਾਈਲ ਕੀਤਾ ਰਿਪਲਾਈ ਦਾ ਅਸੀਂ 12 ਤਰੀਕ ਨੂੰ ਸਾਡੇ ਡਿਫੈਂਸ ਕਾਊਂਸਲ ਉਹਨੂੰ ਰਿਬਟ ਕਰਨਗੇ ਰਿਬਟ ਅਲੋਂਗ ਵਿਦ ਅਸੀਂ ਉਹਦੇ ਵਿੱਚ ਇੱਕ ਫਾਈਲ ਕਰਨੀ ਆ ਜਿਹੜੀ ਕਿ ਅਸੀਂ ਵੀਡੀਓ ਪਲੇਸ ਔਨ ਰਿਕਾਰਡ ਕੀਤੀਆਂ ਸੀ ਅੱਜ ਤਾਂ ਕੋਰਟ ਨੇ ਸਾਨੂੰ ਇਹ ਫਰਦਰ ਡਾਇਰੈਕਸ਼ਨਸ ਦਿੱਤੀਆਂ ਕਿ ਜੋ ਵੀਡੀਓਜ਼ ਅੱਜ ਪਲੇਸ ਔਨ ਰਿਕਾਰਡ ਕੀਤੀਆਂ ਉਹਨਾਂ ਦੀ ਟਰਾਂਸਲੇਸ਼ਨ ਕਰਕੇ ਵੀ ਅਲੋਂਗ ਵਿਦ ਫੋਟੋਗ੍ਰਾਫਸ ਫਾਈਲ 'ਤੇ ਪਲੇਸ ਔਨ ਰਿਕਾਰਡ ਕੀਤੀਆਂ ਜਾਣ ਅਤੇ ਇਸ ਲਈ ਸਾਨੂੰ ਫਰਦਰ 12 ਤਰੀਕ ਮਿਲੀ ਆ ਟੂ ਰਿਬਟ ਦਾ ਰਿਪਲਾਈ ਫਾਈਲਡ ਬਾਏ ਦਾ ਪੁਲਿਸ ਅਤੇ ਅੱਜ ਸੈਕਿੰਡ ਇੱਕ ਹੋਰ ਵੀ ਪੁਲਿਸ ਨੇ ਐਪਲੀਕੇਸ਼ਨ ਮੂਵ ਕੀਤੀ ਸੀ ਫੋਰ ਟੇਕਿੰਗ ਦਾ ਵੋਇਸ ਸੈਂਪਲ ਆਫ ਦੀ ਬਾਈ ਉਹਦੇ ਲਈ ਫਰਦਰ ਕੋਰਟ ਨੇ 13 ਤਰੀਕ ਡੇਟ ਅੱਗੇ ਐਕਸਟੈਂਡ ਕੀਤੀ ਆ ਉਹਦਾ ਰਿਪਲਾਈ ਸਾਡੇ ਡਿਫੈਂਸ ਕਾਊਂਸਲ ਉਸ ਦਿਨ 13 ਤਰੀਕ ਨੂੰ ਫਾਈਲ ਕਰਨਗੇ ਥੈਂਕ ਯੂ